ਤੁਸੀਂ ਦੇਖ ਰਹੇ ਹੋ ਪੰਜਾਬੀ ਵਾਈਟਬੋਰਡ ਚੈਨਲ। ਸਤਿ ਸ੍ਰੀ ਅਕਾਲ ਜੀ ਪੰਜਾਬੀ ਵਾਈਟਬੋਰਡ ਚੈਨਲ ਤੇ ਤੁਹਾਡਾ ਸਵਾਗਤ ਹੈ। ਅੱਜ ਤੋਂ 2 ਸਾਲ ਸਮਾਂ ਪਹਿਲਾਂ ਟਾਈਪ ਕਰਨਾ ਬੜਾ ਔਖਾ ਹੁੰਦਾ ਸੀ ਮੋਬਾਈਲ ਤੇ ਵੀ ਕੰਪਿਊਟਰ ਤੇ ਵੀ। ਮੇਰੇ ਵਰਗੇ ਤਾਂ ਕੀਬੋਰਡ ਤੇ ਪਹਿਲਾਂ ਇੱਕ ਇੱਕ ਅੱਖਰ ਭਾਲਦੇ ਤੇ ਫਿਰ ਉਸ ਨੂੰ ਟਾਈਪ ਕਰਨਾ ਇਸ ਨਾਲ ਸਮਾਂ ਵੀ ਬਹੁਤ ਲੱਗਦਾ ਸੀ ਤੇ ਪੰਜਾਬੀ ਵਰਗੀ ਭਾਸ਼ਾ ਦੇ ਲਿਖਣ ਵੇਲੇ ਤਾਂ ਬਿੰਦੀ ਟਿੱਪੀ ਅਦਕ ਇਹ ਦੋ ਅੱਖਰਾਂ ਨੂੰ ਲਿਖਣ ਦੇ ਵਿੱਚ ਬਹੁਤ ਸਮੱਸਿਆ ਆਉਂਦੀ ਸੀ ਹੁਣ ਸਾਡੇ ਕੋਲੇ ਕਈ ਇਸ ਤਰ੍ਹਾਂ ਦੀਆਂ ਐਪਸ ਮੌਜੂਦ ਨੇ ਜਿਨ੍ਹਾਂ ਦੀ ਮਦਦ ਨਾਲ ਅਸੀਂ ਸੌਖੇ ਹੀ ਟਾਈਪ ਕਰ ਸਕਦੇ ਹਾਂ ਪਹਿਲਾ ਤਰੀਕਾ ਤਾਂ ਟਾਈਪ ਕਰਨ ਦਾ ਹੈ ਬੋਲ ਕੇ ਟਾਈਪ ਕਰਨਾ ਤੇ ਦੂਜਾ ਇਸ ਤੋਂ ਵੀ ਸੌਖਾ ਹੈ ਕਿਸੇ ਵੀ ਲਿਖਤ ਦੀ ਫੋਟੋ ਖਿੱਚ ਕੇ ਉਸ ਨੂੰ ਟਾਈਪਿੰਗ ਦੇ ਵਿੱਚ ਬਦਲਣਾ ਅਸੀਂ ਇਸ ਰਾਹੀਂ ਹੱਥ ਲਿਫਤਾਂ ਨੂੰ ਵੀ ਫੋਟੋ ਖਿੱਚ ਕੇ ਟਾਈਪਿੰਗ ਦੇ ਵਿੱਚ ਬਦਲ ਸਕਦੇ ਹਾਂ ਅੰਗਰੇਜ਼ੀ ਹਿੰਦੀ ਤੇ ਹੋਰ ਕਈ ਭਾਸ਼ਾ ਨੂੰ ਟਾਈਪ ਕਰਨ ਲਈ ਤਾਂ ਬਹੁਤ ਸਾਰੀਆਂ ਐਪਸ ਮੌਜੂਦ ਨੇ ਪਰ ਪੰਜਾਬੀ ਦੇ ਲਈ ਹਜੇ ਇਹ ਐਪਸ ਬਹੁਤ ਘੱਟ ਹਨ ਹਜੇ ਇਹਨਾਂ ਵਿੱਚ ਸੁਧਾਰ ਦੀ ਵੀ ਗੁੰਜਾਇਸ਼ ਮੌਜੂਦ ਹੈ ਅੱਜ ਦੀ ਵੀਡੀਓ ਬੋਲ ਕੇ ਅਸੀਂ ਮੋਬਾਈਲ ਤੇ ਕਿਸ ਤਰ੍ਹਾਂ ਟਾਈਪ ਕਰ ਸਕਦੇ ਹਾਂ ਇਸ ਬਾਰੇ ਹੈ ਤਾਂ ਅਸੀਂ ਤੁਹਾਨੂੰ ਇਸ ਵੀਡੀਓ ਰਾਹੀਂ ਇਸ ਤਰ੍ਹਾਂ ਦੀਆਂ ਐਪਸ ਦੱਸਾਂਗੇ ਜਿਨ੍ਹਾਂ ਦੇ ਰਾਹੇ ਅਸੀਂ ਸੌਖੇ ਹੀ ਬੋਲ ਕੇ ਪੰਜਾਬੀ ਵਿੱਚ ਟਾਈਪਿੰਗ ਕਰ ਸਕਦੇ ਹਾਂ ਕੰਪਿਊਟਰ ਜਾਂ ਲੈਪਟਾਪ ਤੇ ਬੋਲ ਕੇ ਅਸੀਂ ਕਿਸ ਤਰ੍ਹਾਂ ਟਾਈਪਿੰਗ ਕਰ ਸਕਦੇ ਹਾਂ ਇਸ ਦੀ ਵੀਡੀਓ ਅਸੀਂ ਪਹਿਲਾਂ ਹੀ ਅਪਲੋਡ ਕਰ ਚੁੱਕੇ ਹਾਂ ਉਸ ਵੀਡੀਓ ਨੂੰ ਦੇਖਣ ਲਈ ਇਸ ਵੀਡੀਓ ਦੇ ਡਿਸਕ੍ਰਿਪਸ਼ਨ ਬਾਕਸ ਦੇ ਵਿੱਚ ਤੁਹਾਨੂੰ ਲਿੰਕ ਮਿਲ ਜਾਣਗੇ ਉੱਥੋਂ ਤੁਸੀਂ ਇਹ ਵੀਡੀਓ ਦੇਖ ਸਕਦੇ ਹੋ ਇਸ ਤੋਂ ਇਲਾਵਾ ਕਿਸੇ ਵੀ ਫੋਟੋ ਜਾਂ ਇਮੇਜ ਦੇ ਉੱਤੇ ਲਿਖੇ ਹੋਏ ਅੱਖਰਾਂ ਨੂੰ ਅਸੀਂ ਕਿਸ ਤਰ੍ਹਾਂ ਟਾਈਪਿੰਗ ਵਿੱਚ ਕਨਵਰਟ ਕਰ ਸਕਦੇ ਹਾਂ ਇਸ ਬਾਰੇ ਵੀਡੀਓ ਵੀ ਅਸੀਂ ਅਪਲੋਡ ਕਰ ਚੁੱਕੇ ਹਾਂ ਇਹਨਾਂ ਸਾਰੀਆਂ ਵੀਡੀਓ ਦੇ ਲਿੰਕ ਤੁਹਾਨੂੰ ਡਿਸਕ੍ਰਿਪਸ਼ਨ ਬਾਕਸ ਦੇ ਵਿੱਚ ਮਿਲ ਜਾਣਗੇ ਸੋ ਅਸੀਂ ਮੋਬਾਈਲ ਰਾਹੀਂ ਬੋਲ ਕੇ ਕਿਸ ਤਰ੍ਹਾਂ ਟਾਈਪਿੰਗ ਕਰ ਸਕਦੇ ਹਾਂ ਕਿਹੜੀਆਂ-ਕਿਹੜੀਆਂ ਐਪਸ ਹਨ ਤੇ ਅਸੀਂ ਉਹਨਾਂ ਦੀ ਸੈਟਿੰਗ ਤੱਕ ਵੀ ਇਸ ਵੀਡੀਓ ਦੇ ਵਿੱਚ ਦੱਸਾਂਗੇ ਸੋ ਆਓ ਸਿੱਖਦੇ ਹਾਂ ਮੋਬਾਈਲ ਰਾਹੀਂ ਬੋਲ ਕੇ ਪੰਜਾਬੀ ਤੇ ਹੋਰ ਭਾਸ਼ਾਵਾਂ ਦੇ ਵਿੱਚ ਕਿਸ ਤਰ੍ਹਾਂ ਟਾਈਪਿੰਗ ਕਰ ਸਕਦੇ ਹਾਂ ਅਗਰ ਤੁਹਾਨੂੰ ਸਾਡਾ ਇਹ ਯਤਨ ਚੰਗਾ ਲੱਗੇ ਤਾਂ ਵੀਡੀਓ ਨੂੰ ਲਾਈਕ ਤੇ ਸ਼ੇਅਰ ਜ਼ਰੂਰ ਕਰ ਦੇਣਾ ਪੰਜਾਬੀ ਵਾਈਟ ਵਰਡ ਚੈਨਲ ਨੂੰ ਸਬਸਕ੍ਰਾਈਬ ਵੀ ਕਰ ਲੈਣਾ ਤਾਂ ਕਿ ਆਉਣ ਵਾਲੀਆਂ ਵੀਡੀਓ ਵੀ ਤੁਹਾਨੂੰ ਸਮੇਂ ਸਿਰ ਮਿਲ ਸਕਾ ਬੋਲ ਕੇ ਟਾਈਪ ਕਰਨ ਲਈ ਸਭ ਤੋਂ ਵਧੀਆ ਐਪ ਹੈ ਜੀਬੋਰਡ ਜਾਂ ਗੂਗਲ ਇੰਡਿਕ ਕੀਬੋਰਡ ਇਹ ਦੁਨੀਆ ਦੀ ਹਰ ਇੱਕ ਭਾਸ਼ਾ ਨੂੰ ਤੇ ਭਾਰਤ ਦੀਆਂ ਸਾਰੀਆਂ ਭਾਸ਼ਾਵਾਂ ਨੂੰ ਸਪੋਰਟ ਕਰਦੀ ਹੈ ਤਾਂ ਗੂਗਲ ਇੰਡ ਕੀਬੋਰਡ ਲਈ ਅਸੀਂ ਪਲੇ ਸਟੋਰ ਖੋਲ ਲੈਣਾ ਹੈ ਉਸ ਦੇ ਸਰਚ ਬਾਕਸ ਦੇ ਵਿੱਚ ਲਿਖੋ Google Indic Keyboard ਜਾਂ Gboard ਤਾਂ ਇਹ ਜਿਹੜੀ ਐਪ ਤੁਹਾਨੂੰ ਨਜ਼ਰ ਆ ਰਹੀ ਹੈ Gboard ਦੇ ਨਾਮ ਤੋਂ ਇਸ ਨੂੰ ਆਪਣੇ ਫੋਨ ਦੇ ਵਿੱਚ ਇੰਸਟਾਲ ਕਰ ਲੈਣਾ ਹੈ ਇਸ ਨੂੰ ਇੰਸਟਾਲ ਕਰਨ ਤੋਂ ਬਾਅਦ ਇਸ ਦੀ ਸੈਟਿੰਗ ਕਿਸ ਤਰ੍ਹਾਂ ਕਰਨੀ ਹੈ ਉਹ ਅਸੀਂ ਅੱਗੇ ਦੇਖਦੇ ਹਾਂ ਇਹ ਐਪ ਹੈ ਜਿਹੜੀ ਫੋਨ ਦੇ ਵਿੱਚ ਇਹ ਦੇਖੋ ਇੰਸਟਾਲ ਹੋ ਚੁੱਕੀ ਹੈ ਤੇ ਇਸ ਦਾ ਇੰਟਰਫੇਸ ਵੀ ਤੁਸੀਂ ਦੇਖ ਸਕਦੇ ਹੋ ਇਸ ਤਰ੍ਹਾਂ ਦਾ ਹੈ ਇਸ ਤੋਂ ਬਾਅਦ ਜੀਬੋਰਡ ਐਪ ਦੇ ਉੱਪਰ ਕਲਿੱਕ ਕਰੋ ਇਸ ਤੋਂ ਬਾਅਦ ਸਾਡੇ ਜਿਹੜੀ ਸਕਰੀਨ ਨਾਜ਼ਰ ਆ ਰਹੀ ਹੈ ਉਹਦੇ ਵਿੱਚ ਲਿਖਿਆ ਹੋਇਆ ਹੈ ਇਨੇਬਲ ਸੈਟਿੰਗ ਤਾਂ ਇੱਥੇ ਅਸੀਂ ਕਲਿੱਕ ਕਰਨਾ ਹੈ ਇਸ ਕੀਬੋਰਡ ਨੂੰ ਇਨੇਬਲ ਕਰਨਾ ਹੈ ਇੱਥੇ ਤੁਹਾਨੂੰ ਸਾਰੇ ਕੀਬੋਰਡ ਨਜ਼ਰ ਆ ਜਾਣਗੇ ਜੀਬੋਰਡ ਕੀਬੋਰਡ ਹੈ ਉਸ ਦਾ ਜਿਹੜਾ ਬਟਨ ਹੈ ਸੈਟਿੰਗ ਵਾਲਾ ਉਸ ਨੂੰ ਰਾਈਟ ਸਾਈਡ ਤੇ ਕਰ ਦੇਵਾਂਗੇ ਤਾਂ ਇਸ ਤਰ੍ਹਾਂ ਇਹ ਸਾਡਾ ਕੀਬੋਰਡ ਹੈ ਜਿਹੜਾ ਉਹ ਕੰਮ ਕਰਨਾ ਸ਼ੁਰੂ ਕਰ ਦੇਵੇਗਾ ਫੋਨ ਲਈ ਇਨੇਬਲ ਹੋ ਜਾਵੇਗਾ ਇਹ ਇੰਟੈਂਸ਼ਨ ਦੇ ਤੌਰ ਤੇ ਓਕੇ ਕਰ ਦਿਓ ਦੂਜਾ ਸਟੈਪ ਹੈ ਸੈਟਿੰਗ ਦਾ ਤਾਂ ਇੱਥੇ ਅਸੀਂ ਜਾ ਕੇ ਸੈਟਿੰਗ ਮੈਥਡ ਦੇ ਵਿੱਚ ਲੈਂਗੁਏਜ ਵੀ ਸਿਲੈਕਟ ਕਰ ਲਵਾਂਗੇ ਤੇ ਜੀ ਬੋਰਡ ਜਿਹੜਾ ਬੋਰਡ ਹੈ ਉਸ ਉੱਤੇ ਕਲਿੱਕ ਕਰਕੇ ਇਸ ਨੂੰ ਆਪਣੇ ਫੋਨ ਦੇ ਵਿੱਚ ਵਰਤਣ ਲਈ ਤਿਆਰ ਕਰ ਲਵਾਂਗੇ ਸੋ ਇਹ ਕਰਨ ਤੋਂ ਬਾਅਦ ਸਾਨੂੰ ਜ਼ਰੂਰਤ ਪੈਂਦੀ ਹੈ ਕਿ ਅਸੀਂ ਟਾਈਪ ਕਿੱਥੇ ਕਰੀਏ ਟਾਈਪ ਕਰਨ ਲਈ ਅਸੀਂ ਆਪਣੇ ਫੋਨ ਦੇ ਵਿੱਚ ਐਮ ਐਸ ਆਫਿਸ ਨਾਮ ਦੀ ਐਪ ਇੰਸਟਾਲ ਕਰ ਲੈਂਦੇ ਹਾਂ ਪਹਿਲਾਂ ਇਸ ਦਾ ਨਾਮ ਆਫਿਸ ਸੀ ਪਰ ਅੱਜਕਲ ਮਾਈਕਰੋਸਾਫਟ 365 ਮਾਈਕਰੋਸਾਫਟ 365 ਨਾਮ ਹੈ ਜਿਹੜਾ ਇਸ ਨੂੰ ਕਰ ਦਿੱਤਾ ਗਿਆ ਹੈ Google Play Store ਤੋਂ ਇਸ ਐਪ ਨੂੰ ਇੰਸਟਾਲ ਕਰ ਲਵੋ ਇਸ ਵਿੱਚ ਅਸੀਂ MS Word MS Excel PowerPoint ਇਹ ਸਾਰੇ ਡਾਕੂਮੈਂਟ ਦੇ ਤੌਰ ਤੇ ਇਹਨਾਂ ਨੂੰ ਸੇਵ ਕਰ ਸਕਦੇ ਹਾਂ ਕ੍ਰੀਏਟ ਕਰ ਸਕਦੇ ਹਾਂ ਐਡਿਟ ਕਰ ਸਕਦੇ ਹਾਂ ਤੇ ਵਿਊ ਦੇਖ ਵੀ ਸਕਦੇ ਹਾਂ ਸੋ ਇਹ ਐਪ ਕਾਫੀ ਸਾਰੇ ਕੰਮ ਆਉਂਦੀ ਹੈ ਜਿਸ ਤਰ੍ਹਾਂ ਕੰਪਿਊਟਰ ਦੇ ਵਿੱਚ ਅਸੀਂ ਵਰਡ ਡਾਕੂਮੈਂਟ ਉਹ ਐਕਸਲ ਡਾਕੂਮੈਂਟ ਦੇ ਤੌਰ ਤੇ ਕੰਮ ਕਰ ਸਕਦੇ ਹਾਂ ਸਾਰੇ ਕੰਮ ਅਸੀਂ ਮੋਬਾਈਲ ਤੇ ਵੀ ਇਸ ਐਪ ਰਾਹੀਂ ਕਰ ਸਕਦੇ ਹਾਂ ਟੇਬਲ ਕ੍ਰੀਏਟ ਕਰ ਸਕਦੇ ਹਾਂ ਤੇ ਐਕਸਲ ਦੇ ਜਿੰਨੇ ਫਾਰਮੂਲੇਜ਼ ਨੇ ਉਹਨਾਂ ਨੂੰ ਇਸ ਵਿੱਚ ਲਗਾ ਸਕਦੇ ਹਾਂ ਦੇ 5 ਦੇ ਵਿੱਚ ਪੰਜਾਬੀ ਜਿਹੜੀ ਹੈ ਲਿਖ ਕੇ ਦੇਖਦੇ ਹਾਂ ਇਸ ਐਪ ਨੂੰ ਓਪਨ ਕਰ ਲਵੋ ਓਪਨ ਕਰਨ ਤੋਂ ਬਾਅਦ ਇਸ ਆਪ ਐਪ ਦੇ ਨਿਚਲੀ ਸਾਈਡ ਤੋਂ ਤੁਹਾਨੂੰ ਰੈੱਡ ਕਲਰ ਦੇ ਵਿੱਚ ਕ੍ਰੀਏਟ ਲਿਖਿਆ ਨਜ਼ਰ ਆ ਰਿਹਾ ਹੈ ਇੱਥੇ ਕਲਿੱਕ ਕਰਕੇ ਅਸੀਂ ਵਰਡ ਡਾਕੂਮੈਂਟ ਜਿਹੜਾ ਹੈ ਖੋਲ ਲੈਂਦੇ ਹਾਂ ਵਰਡ ਡਾਕੂਮੈਂਟ ਤੇ ਕਲਿੱਕ ਕਰਨ ਤੋਂ ਬਾਅਦ ਨੀਚੇ ਪੁੱਛ ਰਿਹਾ ਹੈ ਕਿ ਕਿਹੜੀ ਐਪ ਖੋਲਣੀ ਹੈ ਵਰਡ ਐਕਸਲ ਜਾਂ ਪਾਵਰਪੁਆਇੰਟ ਅਸੀਂ ਵਰਡ ਦੇ ਵਿੱਚ ਵੀ ਇੱਕ ਬਲੈਂਕ ਡਾਕੂਮੈਂਟ ਲੈ ਲੈਂਦੇ ਹਾਂ ਸਾਡਾ ਕੀਬੋਰਡ ਇੱਥੇ ਤੁਹਾਨੂੰ ਨਜ਼ਰ ਆ ਗਿਆ ਪੰਜਾਬੀ ਦੇ ਵਿੱਚ ਰਾਈਟ ਸਾਈਡ ਉੱਪਰ ਹੈ ਜਿਹੜਾ ਮਾਈਕਰੋਸਾਫਟ ਮਾਈਕ੍ਰੋਫੋਨ ਦਾ ਜਿਹੜਾ ਬਟਨ ਨਜ਼ਰ ਆ ਰਿਹਾ ਹੈ ਇਸ ਬਟਨ ਤੇ ਅਸੀਂ ਜਦੋਂ ਹੀ ਕਲਿੱਕ ਕਰਦੇ ਹਾਂ ਉਸੇ ਟਾਈਮ ਇਹ ਜਿਹੜੀ ਹੈ ਅਸੀਂ ਵੌਇਸ ਟਾਈਪਿੰਗ ਲਈ ਤਿਆਰ ਹੋ ਜਾਂਦੇ ਹਾਂ ਅਸੀਂ ਕਿਸੇ ਵੀ ਭਾਸ਼ਾ ਵਿੱਚ ਬੋਲ ਕੇ ਟਾਈਪ ਕਰ ਸਕਦੇ ਹਾਂ ਚਾਹੇ ਉਹ ਅੰਗਰੇਜ਼ੀ ਹੋਵੇ ਜਾਂ ਪੰਜਾਬੀ बोल के टाइप ਕਰਨ ਵੇਲੇ ਸਾਨੂੰ ਇਸ ਗੱਲ ਦਾ ਧਿਆਨ ਰੱਖਣਾ ਚਾਹੀਦਾ ਹੈ ਕਿ ਸਾਡੇ ਇੰਟਰਨੈਟ ਦੀ ਸਪੀਡ ਵਧੀਆ ਹੋਵੇ ਸੋ ਜੋ ਅਸੀਂ ਬੋਲਿਆ ਉਹ ਟਾਈਪ ਹੋ ਚੁੱਕਿਆ ਹੈ ਅਸੀਂ ਇਸ ਨੂੰ ਕਿਤੇ ਵੀ ਇੱਥੋਂ ਕਾਪੀ ਪੇਸਟ ਕਰਕੇ ਵਰਤ ਸਕਦੇ ਹਾਂ ਜਾਂ ਇਸ ਨੂੰ ਸੇਵ ਕਰ ਸਕਦੇ ਹਾਂ ਅਗਰ ਅਸੀਂ ਕੁਝ ਵੀ ਹਲਕਾ ਫੁਲਕਾ ਲਿਖ ਕੇ ਰੱਖਣਾ ਹੈ ਔਰ ਸਾਨੂੰ ਸੇਵ ਕਰਕੇ ਰੱਖਣਾ ਤਾਂ ਉਸ ਲਈ ਹੈ ਨੋਟਪੈਡ ਪਲੇ ਸਟੋਰ ਵਿੱਚ ਜਾ ਕੇ ਸਰਚ ਬਾਕਸ ਦੇ ਵਿੱਚ ਟਾਈਪ ਕਰੋ ਨੋਟਪੈਡ ਸਾਨੂੰ ਇਸ ਤਰ੍ਹਾਂ ਦੀਆਂ ਬਹੁਤ ਸਾਰੀਆਂ ਐਪਸ ਮਿਲ ਜਾਣਗੀਆਂ ਜਿਨ੍ਹਾਂ ਤੇ ਅਸੀਂ ਕੁਝ ਵੀ ਲਿਖ ਕੇ ਉਸ ਨੂੰ ਸੇਵ ਕਰ ਸਕਦੇ ਹਾਂ ਤੇ ਜਦੋਂ ਮਰਜ਼ੀ ਚਾਹੇ ਵਰਤ ਸਕਦੇ ਹਾਂ ਤਾਂ ਨੋਟਪੈਡ ਲਿਖਣ ਤੋਂ ਬਾਅਦ ਬਹੁਤ ਸਾਰੀਆਂ ਐਪਸ ਸਾਨੂੰ ਪਲੇ ਸਟੋਰ ਤੇ ਨਜ਼ਰ ਆ ਜਾਣਗੀਆਂ ਕੋਈ ਵੀ ਵਧੀਆ ਰੇਟਿੰਗ ਵਾਲੀ ਐਪਸ ਨੂੰ ਆਪਣੇ ਫੋਨ ਦੇ ਵਿੱਚ ਇੰਸਟਾਲ ਕਰ ਲਵੋ ਤਾਂ ਇਸ ਤਰ੍ਹਾਂ ਤੁਹਾਨੂੰ ਦਿਖਾ ਦਿੰਦੇ ਹਾਂ ਮੇਰੇ ਫੋਨ ਦੇ ਵਿੱਚ ਇਸ ਤਰ੍ਹਾਂ ਨੋਟਪੈਡ ਨਾਮ ਦੀ ਇੱਕ ਐਪ ਹੈ ਜਿਹੜੀ ਪਹਿਲਾਂ ਹੀ ਇੰਸਟਾਲਡ ਹੈ ਤਾਂ ਉਸ ਨੂੰ ਅਸੀਂ ਖੋਲ ਕੇ ਉਸ ਵਿੱਚ ਬੋਲ ਕੇ ਕਿਸ ਤਰ੍ਹਾਂ ਟਾਈਪ ਕਰ ਸਕਦੇ ਹਾਂ ਉਹ ਦੇਖਦੇ ਹਾਂ ਸੋ ਇਹ ਹੈ ਨੋਟਪੈਡ ਸਿੰਪਲ ਨੋਟਪੈਡ ਇਸ ਉੱਤੇ ਕਲਿੱਕ ਕਰੋ ਕਲਿੱਕ ਕਰਨ ਤੋਂ ਬਾਅਦ ਜਦੋਂ ਹੀ ਇਹ ਓਪਨ ਹੁੰਦੀ ਹੈ ਤਾਂ ਅਸੀਂ ਇਸ ਵਿੱਚ ਲਿਖਣ ਲਈ ਤਿਆਰ ਹੋ ਜਾਂਦੇ ਹਾਂ ਕੀਬੋਰਡ ਅੰਗਰੇਜ਼ੀ ਦੇ ਵਿੱਚ ਹੈ نیچے ਤੁਸੀਂ ਦੇਖ ਰਹੇ ਹੋ ਇੱਥੇ ਅੰਗਰੇਜ਼ੀ ਵਿੱਚ ਵੌਇਸ ਟਾਈਪਿੰਗ ਕਰ ਸਕਦੇ ਹਾਂ ਅਗਰ ਪੰਜਾਬੀ ਦੇ ਵਿੱਚ ਲਿਖਣਾ ਹੈ ਤਾਂ ਇੱਥੇ ਕੀਬੋਰਡ ਦੀ ਜਿਹੜੀ ਲੈਂਗੁਏਜ ਹੈ ਉਸ ਨੂੰ ਚੇਂਜ ਕਰ ਲਵੋ ਸੋ ਇੱਥੋਂ ਅਸੀਂ ਲੈਂਗੁਏਜ ਜਿਹੜੀ ਪੰਜਾਬੀ ਦੇ ਵਿੱਚ ਕਰ ਲੈਂਦੇ ਹਾਂ ਤੇ ਉਹ ਜਿਹੜਾ ਮਾਈਕ੍ਰੋਫੋਨ ਦਾ ਬਟਨ ਨਾਜ਼ਰ ਆ ਰਿਹਾ ਉਸ ਤੇ ਕਲਿੱਕ ਕਰਕੇ ਇੱਥੇ ਅਸੀਂ ਲਿਖਣਾ ਸ਼ੁਰੂ ਕਰਦੇ ਹਾਂ ਤੇ ਟਾਈਪ ਕਰਕੇ ਦੇਖਦੇ ਹਾਂ ਇੱਕ ਵਾਰ ਇੱਕ ਆਈਏਐਸ ਆਫੀਸਰ ਜਿਹੜਾ ਇੱਕ ਚੰਗਾ ਲੇਖਕ ਵੀ ਸੀ ਇੱਕ ਸਭਾ ਵਿੱਚ ਬੋਲ ਰਿਹਾ ਸੀ ਜਦੋਂ ਮੈਂ ਅਫਸਰਾਂ ਵਿੱਚ ਬੈਠਦਾ ਹਾਂ ਤਾਂ ਉਹ ਮੈਨੂੰ ਇੱਕ ਲੇਖਕ ਸਮਝਦੇ ਹਨ ਪਰ ਜਦੋਂ ਮੈਂ ਲੇਖਕਾਂ ਵਿੱਚ ਬੈਠਦਾ ਹਾਂ ਉਹ ਮੈਨੂੰ ਇੱਕ ਆਈਏਐਸ ਅਫਸਰ ਸਮਝਦੇ ਹਨ ਪਰ ਤੁਹਾਡੀ ਘਰ ਵਾਲੀ ਤੁਹਾਨੂੰ ਕੀ ਸਮਝਦੀ ਹੈ ਇੱਕ ਸ਼ਰੋਤੇ ਦਾ ਪ੍ਰਸ਼ਨ ਸੀ ਦੁੱਖ ਤਾਂ ਇਸ ਗੱਲ ਦਾ ਹੈ ਉਹ ਮੈਨੂੰ ਕੁਝ ਵੀ ਨਹੀਂ ਸਮਝਦੀ ਆਈਏਐਸ ਅਫਸਰ ਦਾ ਜਵਾਬ ਸੀ ਸੋ ਜੋ ਲਿਖਿਆ ਸੀ ਉਹ ਟਾਈਪ ਹੋ ਚੁੱਕਿਆ ਹੈ ਇਸ ਨੂੰ ਅਗਰ ਅਸੀਂ ਐਜੇ ਡਾਕੂਮੈਂਟ ਸੇਵ ਕਰਨਾ ਤਾਂ ਇੱਥੇ ਨੋਟਪੈਡ ਦੇ ਵਿੱਚ ਸੇਵ ਕਰਕੇ ਰੱਖ ਸਕਦੇ ਹਾਂ ਨਹੀਂ ਤਾਂ ਜਿੰਨਾ ਹਿੱਸਾ ਸਾਨੂੰ ਚਾਹੀਦਾ ਹੈ ਇਸ ਦੇ ਵਿੱਚੋਂ ਲਿਖੇ ਹੋਏ ਦਾ ਉਹ ਅਸੀਂ ਕਿਤੇ ਵੀ ਵਰਤ ਸਕਦੇ ਹਾਂ ਉਹਨੂੰ ਕਾਪੀ ਪੇਸਟ ਕਰ ਸਕਦੇ ਹਾਂ ਅਗਰ ਅਸੀਂ ਸਾਰੀ ਰਚਨਾ ਭੇਜਣੀ ਹੈ ਤਾਂ ਸਾਰੀ ਨੂੰ ਕਾਪੀ ਕਰ ਲਵਾਂਗੇ ਤੇ ਇਸ ਤਰ੍ਹਾਂ ਜਿਸ ਤਰ੍ਹਾਂ ਤੁਹਾਨੂੰ WhatsApp 'ਤੇ ਨਜ਼ਰ ਆ ਰਿਹਾ ਹੈ ਇਸ ਉੱਪਰ ਅਸੀਂ ਕਿਸੇ ਨੂੰ ਸੈਂਡ ਕਰਨੀ ਇਹ ਰਚਨਾ ਤਾਂ ਅਸੀਂ ਇਸ ਨੂੰ ਕਾਪੀ ਪੇਸਟ ਕਰਕੇ ਸੈਂਡ ਕਰ ਦੇਵਾਂਗੇ ਪੰਜਾਬੀ ਵੌਇਸ ਟਾਈਪਿੰਗ ਲਈ ਅਗਲੀ ਐਪ ਹੈ ਪੰਜਾਬੀ ਵੌਇਸ ਟਾਈਪਿੰਗ ਐਪ ਇਸ ਦੇ ਲਈ ਅਸੀਂ Play Store ਵਿੱਚ ਜਾ ਕੇ ਟਾਈਪ ਕਰਨਾ ਹੈ ਪੰਜਾਬੀ ਵੌਇਸ ਟਾਈਪਿੰਗ ਇਹ ਲਿਖਣ ਤੋਂ ਬਾਅਦ ਜਿਹੜੇ ਪਹਿਲੇ ਰਿਜ਼ਲਟ ਨਜ਼ਰ ਆ ਰਹੇ ਨੇ ਤੁਹਾਨੂੰ ਪੰਜਾਬੀ ਵੌਇਸ ਟਾਈਪਿੰਗ ਐਪ ਇਸ ਤੁਹਾਨੂੰ ਨਜ਼ਰ ਆਵੇਗੀ ਇਸ ਨੂੰ ਆਪਣੇ ਫੋਨ ਦੇ ਵਿੱਚ ਇੰਸਟਾਲ ਕਰ ਲਵੋ ਇਹ ਜਿਹੜੀ ਹੈ ਅੰਗਰੇਜ਼ੀ ਅਤੇ ਪੰਜਾਬੀ ਦੋ ਭਾਸ਼ਾ ਨੂੰ ਸਪੋਰਟ ਕਰਦੀ ਹੈ ਇਹਦੀ ਕਮੀ ਇਹ ਹੈ ਕਿ ਜਦੋਂ ਅਸੀਂ ਪੂਰਾ ਬੋਲ ਲੈਂਦੇ ਹਾਂ ਉਸ ਤੋਂ ਬਾਅਦ ਇਹ ਸਾਨੂੰ ਟਾਈਪ ਕਰਕੇ ਦਿਖਾਉਂਦੀ ਹੈ ਨਾਲ ਦੀ ਨਾਲ ਸਾਨੂੰ ਰਿਜ਼ਲਟ ਹੈ ਜਿਹੜੇ ਇਸ ਦੇ ਨਜ਼ਰ ਨਹੀਂ ਆਉਂਦੇ ਤਾਂ ਇਹ ਐਪ ਹੈ ਇਹ ਤੁਹਾਨੂੰ ਦੇਖ ਰਹੋਗੇ ਅੰਗਰੇਜ਼ੀ ਤੇ ਪੰਜਾਬੀ ਦੇ ਵਿੱਚ ਅਸੀਂ ਟਾਈਪ ਕਰ ਸਕਦੇ ਹਾਂ ਤੇ ਅ ਜਿਹੜੀਆਂ ਪਰਮਿਸ਼ਨ ਨੇ ਉਹਨਾਂ ਨੂੰ ਅਲਾਉ ਕਰ ਦਿਓ ਸਭ ਤੋਂ ਪਹਿਲਾਂ ਅਸੀਂ ਅੰਗਰੇਜ਼ੀ ਦੇ ਵਿੱਚ ਟਾਈਪ ਕਰਕੇ ਦੇਖਦੇ ਹਾਂ ਟਾਈਪ ਕਰਨ ਲਈ ਜਿਹੜਾ ਮਾਈਕ੍ਰੋਫੋਨ ਦਾ ਬਟਨ ਬਣਿਆ ਹੋਇਆ ਹੈ ਉਸ ਉੱਤੇ ਕਲਿੱਕ ਕਰ ਲਵੋ ਤੇ ਉਸ ਤੋਂ ਬਾਅਦ ਜਿਹੜਾ ਹੈ ਟਾਈਪ ਕਰਨਾ ਇਹ ਸ਼ੁਰੂ ਕਰ ਦੇਵੇਗਾ ਵੈਲਕਮ ਟੂ ਪੰਜਾਬੀ ਵਾਈਟ ਬੋਰਡ ਚੈਨਲ ਹੇਅਰ ਯੂ ਵਿਲ ਫਾਈਂਡ ਐਜੂਕੇਸ਼ਨਲ ਵੀਡੀਓ ਅਪਾਰਟ ਫਰੋਮ ਫੋਕ ਸੌਂਗ ਐਂਡ ਲਰਨਿੰਗ ਪੰਜਾਬੀ ਵੀਡੀਓਜ਼ ਸੋ ਥੋੜੀ ਦੇਰ ਬਾਅਦ ਇਹ ਸਾਨੂੰ ਰਿਜ਼ਲਟ ਆ ਜਿਹੜਾ ਦਿਖਾ ਦਿੰਦਾ ਹੈ ਤੇ ਇਹਨਾਂ ਜਿਹੜੇ ਲਿਖੇ ਹੋਏ ਵਰਡਸ ਨੇ ਇਹਨਾਂ ਨੂੰ ਅਸੀਂ ਕਿਤੇ ਵੀ ਕਾਪੀ ਪੇਸਟ ਕਰਕੇ ਵਰਤ ਸਕਦੇ ਹਾਂ ਸੋ ਇਹ ਇਸ ਦੇ ਵਿੱਚ ਅੰਗਰੇਜ਼ੀ ਦੇ ਵਿੱਚ ਕਿਸ ਤਰ੍ਹਾਂ ਟਾਈਪ ਕਰਨਾ ਹੈ ਇਸ ਤੋਂ ਇਲਾਵਾ ਅਗਰ ਅਸੀਂ ਪੰਜਾਬੀ ਦੇ ਵਿੱਚ ਟਾਈਪ ਕਰਨਾ ਚਾਹੁੰਦੇ ਹਾਂ ਤਾਂ ਪੰਜਾਬੀ ਵਾਲੇ ਆਪਸ਼ਨ ਤੇ ਕਲਿੱਕ ਕਰਕੇ ਵੌਇਸ ਦੇ ਬਟਨ ਤੇ ਕਲਿੱਕ ਕਰਕੇ ਅਸੀਂ ਲਿਖਣਾ ਸ਼ੁਰੂ ਕਰ ਦਿੰਦੇ ਹਾਂ ਜਿੰਦੇ ਨਹੀਂ ਤੂੰ ਕਿੱਕਣ ਜੰਮੀ ਪੈਰ ਪੈਰ ਤੇ ਨਿੱਤ ਬਖੇੜੇ ਜੀਵਨ ਦੀ ਰਾ ਲੰਮੀ ਜਿੰਦੇ ਨਹੀਂ ਤੂੰ ਕਿੱਕਣ ਜੰਮੀ ਸੋ ਰਿਜ਼ਲਟ ਆ ਚੁੱਕੇ ਨੇ ਇੱਕ ਦੋ ਸਪੈਲਿੰਗਾਂ ਇਸ ਦੇ ਵਿੱਚ ਮਿਸਟੇਕ ਹਨ ਸੋ ਆਓ ਇਸ ਦਾ ਅਗਲਾ ਪੈਰਾ ਲਿਖ ਕੇ ਦੇਖਦੇ ਹਾਂ ਜਿੰਦੇ ਨਹੀਂ ਕੀ ਸਾਖ ਸਹੇੜੇ ਇੱਕ ਬੁੱਕਲ ਵਿੱਚ ਰਾਂਝਣ ਮਾਹੀ ਦੂਜੀ ਦੇ ਵਿੱਚ ਖੇੜੇ ਜਿੰਦੇ ਨਹੀਂ ਕੀ ਸਾਖ ਸਹੇੜੇ ਸੋ ਜਿਸ ਤਰ੍ਹਾਂ ਪਹਿਲਾਂ ਦੱਸਿਆ ਕਿ ਬੋਲਣ ਤੋਂ ਬਾਅਦ ਇਹ ਸਾਰੇ ਰਿਜ਼ਲਟ ਇਕੱਠੇ ਹੀ ਦਿੰਦਾ ਹੈ ਇੱਕ ਪੈਰਾ ਹੋਰ ਲਿਖ ਲੈਂਦੇ ਹਾਂ ਜਿੰਦੇ ਨਹੀਂ ਕੀ ਵੇਲੇ ਆਏ ਇੱਕ ਦੂਜੀ ਦੀ ਜਾਨ ਦੇ ਵੈਰੀ ਇੱਕੋ ਮਾਂ ਦੇ ਜਾਏ ਜਿੰਦੇ ਨਹੀਂ ਕੀ ਵੇਲੇ ਆਏ ਇਸ ਵਿੱਚ ਵੀ ਮਿਸਟੇਕ ਆਈਆਂ ਹਨ ਹੋ ਸਕਦਾ ਹੈ ਮੇਰੇ نیٹ ਦੀ ਸਪੀਡ ਹੈ ਜਿਹੜੀ ਉਹ ਵਧੀਆ ਨਾ ਹੋਵੇ ਚਲੋ ਇਸ ਕਵਿਤਾ ਦੀਆਂ ਹੋਰ ਲਾਈਨਾਂ ਟਰਾਈ ਕਰਦੇ ਹਾਂ ਜਿੰਦੇ ਨੀ ਕੀ ਲੱਛਣ ਤੇਰੇ ਫਨੀਆਂਰ ਨਾਲ ਯਾਰਾਨੇ ਵੀਨੇ ਜੋਗੀ ਵੱਲ ਵੀ ਫੇਰੇ ਜਿੰਦੇ ਨੀ ਕੀ ਲੱਛਣ ਤੇਰੇ ਸੋ ਇੰਨਾ ਤੁੱਕਾਂ ਨੂੰ ਇਸੇ ਕਾਫੀ ਹੱਦ ਤੱਕ ਠੀਕ ਲਿਖਿਆ ਹੈ ਸੋ ਇਸ ਤਰ੍ਹਾਂ ਅਸੀਂ ਪੰਜਾਬੀ ਬੋਲ ਕੇ ਟਾਈਪ ਕਰ ਸਕਦੇ ਹਾਂ ਇਸ ਐਪ ਰਾਹੀਂ ਇੱਥੋਂ ਇਹਨਾਂ ਟੈਕਸਟ ਨੂੰ ਅਸੀਂ ਕਾਪੀ ਕਰ ਸਕਦੇ ਹਾਂ ਕਾਪੀ ਕਰਨ ਤੋਂ ਬਾਅਦ ਕਿਸੇ ਵੀ ਸੋਸ਼ਲ ਮੀਡੀਆ ਤੇ ਸ਼ੇਅਰ ਕਰਨਾ ਹੈ WhatsApp ਤੇ uh, Facebook ਤੇ Insta ਤੇ ਜਾਂ ਹੋਰ ਕਿਤੇ ਉਸ ਨੂੰ ਅਸੀਂ ਸੈਂਡ ਕਰ ਸਕਦੇ ਹਾਂ ਜਿਸ ਤਰ੍ਹਾਂ ਤੁਹਾਨੂੰ ਦਿਖਾ ਰਿਹਾ ਹਾਂ ਇਸ ਤੋਂ ਅਸੀਂ ਪੰਜਾਬੀ ਵਾਲੀਆਂ 70 ਨੂੰ ਇੱਥੋਂ ਕਾਪੀ ਕਰ ਲਿਆ Facebook ਨੂੰ ਓਪਨ ਕੀਤਾ ਤੇ Facebook ਦੇ ਵਟ ਇਨ ਯੋਰ ਮਾਈਂਡ ਇੱਥੇ ਅਸੀਂ ਪੇਸਟ ਕਰ ਦੇਵਾਂਗੇ ਤੇ ਪੇਸਟ ਕਰਨ ਤੋਂ ਬਾਅਦ ਇਸ ਨੂੰ ਅਸੀਂ ਇਸ ਵਿੱਚ ਜਿਹੜੀਆਂ ਮਿਸਟੇਕ ਨੇ ਦੂਜੀ ਲਾਈਨ ਦੇ ਵਿੱਚ ਸਿਗੀਆਂ ਉਸ ਨੂੰ ਆਪਣੇ ਕੀਬੋਰਡ ਦੇ ਰਾਹੀਂ ਮੈਨੂਅਲੀ ਉਸ ਨੂੰ ਠੀਕ ਕਰ ਲਵਾਂਗੇ ਤੇ ਇਸ ਨੂੰ ਸਹੀ ਕਰਨ ਤੋਂ ਬਾਅਦ ਜਿੰਦੇ ਨੇ ਕੀ ਵੇਲੇ ਆਏ ਇੱਕ ਦੂਜੇ ਦੀ ਜਾਨ ਦੇ ਵੈਰੀ ਇੱਕੋ ਮਾਂ ਦੇ ਜਾਏ ਜਿੰਦੇ ਨਹੀਂ ਕੀ ਵੇਲੇ ਆਏ ਤਾਂ ਇਹ ਜਿਹੜੀ ਦੂਜਾ ਸ਼ੇਅਰ ਸੀਗਾ ਇਸ ਕਵਿਤਾ ਦਾ ਉਹ ਠੀਕ ਨਹੀਂ ਸੀਗਾ ਉਸ ਵਿੱਚ ਕੁਝ ਗਲਤੀਆਂ ਸੀਗੀਆਂ ਤਾਂ ਉਸ ਨੂੰ ਅਸੀਂ ਕੀਬੋਰਡ ਦੇ ਰਾਹੀਂ ਠੀਕ ਕਰ ਲੈਂਦੇ ਹਾਂ ਤੇ ਠੀਕ ਕਰਨ ਤੋਂ ਬਾਅਦ ਇਸ ਨੂੰ ਅਸੀਂ ਫੇਸਬੁੱਕ ਤੇ ਪੋਸਟ ਕਰ ਦੇਵਾਂਗੇ ਤੇ ਆਏ ਸਾਡੀ ਰਚਨਾ ਜਿਹੜੀ ਫੇਸਬੁੱਕ ਤੇ ਸਾਡੇ ਫਰੈਂਡ ਨੂੰ ਸਰਕਲ ਵਿੱਚ ਪਹੁੰਚ ਜਾਵੇਗੀ ਸੋ ਇਹ ਸੀ ਦੂਜੀ ਐਪ ਜਿਸ ਰਾਹੀਂ ਅਸੀਂ ਬੋਲ ਕੇ ਪੰਜਾਬੀ ਤੇ ਅੰਗਰੇਜ਼ੀ ਦੇ ਵਿੱਚ ਟਾਈਪ ਕਰ ਸਕਦੇ ਹਾਂ ਹੁਣ ਹੈ ਸਾਡੀ ਤੀਜੀ ਐਪ ਦੀ ਇਸ ਦਾ ਨਾਮ ਹੈ ਟਰਾਂਸਲੇਟ ਇਹ ਗੂਗਲ ਦੀ ਐਪ ਹੈ ਤਾਂ ਇਸ ਦਾ ਦੂਰਾ ਲਾਭ ਹੈ ਇਸ ਦਾ ਇੱਕ ਤਰ੍ਹਾਂ ਦਾ ਇਸ ਜਿਹੇ ਬੋਲ ਕੇ ਟਾਈਪ ਕਰ ਸਕਦੇ ਹਾਂ ਤੇ ਦੂਜਾ ਇਸ ਨੂੰ ਅਸੀਂ ਦੂਜੀ ਭਾਸ਼ਾ ਦੇ ਵਿੱਚ ਟਰਾਂਸਲੇਟ ਵੀ ਕਰ ਸਕਦੇ ਹਾਂ ਤੇ ਉਸ ਨੂੰ ਵੀ ਅਸੀਂ ਅੱਗੇ ਵਰਤ ਸਕਦੇ ਹਾਂ ਇਸ ਲਈ ਸਾਨੂੰ ਨੋਟਪੈਡ ਜਾਂ ਵਰਡ ਡਾਕੂਮੈਂਟ ਦੀ ਜ਼ਰੂਰਤ ਵੀ ਨਹੀਂ ਹੈ ਪਲੇ ਸਟੋਰ ਦੇ ਵਿੱਚ ਜਾ ਕੇ ਟਾਈਪ ਕਰੋ ਟਰਾਂਸਲੇਟ ਤੇ ਜਿਹੜੇ ਰਿਜ਼ਲਟ ਹੋਣਗੇ ਉਹਨਾਂ ਦੇ ਵਿੱਚੋਂ ਗੂਗਲ ਟਰਾਂਸਲੇਟ ਐਪ ਹੈ ਜਿਹੜੀ ਉਸ ਨੂੰ ਆਪਣੇ ਫੋਨ ਦੇ ਵਿੱਚ ਇੰਸਟਾਲ ਕਰ ਲਵੋ ਇੰਸਟਾਲ ਕਰਨ ਤੋਂ ਬਾਅਦ ਇਹ ਇਸ ਦਾ ਇੰਟਰਫੇਸ ਹੈ ਇਸ ਤਰ੍ਹਾਂ ਇਹ ਸਾਡੇ ਫੋਨ ਦੇ ਵਿੱਚ ਇੰਸਟਾਲ ਹੋ ਰਹੀ ਹੈ ਤੁਸੀਂ ਫੋਨ ਦੇ ਉੱਤੇ ਇਸ ਐਪ ਨੂੰ ਦੇਖ ਸਕਦੇ ਹੋ ਇਹ ਡਾਊਨਲੋਡ ਹੋ ਚੁੱਕੀ ਹੈ ਤਾਂ ਇਸ ਟਰਾਂਸਲੇਟ ਐਪ ਦੇ ਉੱਪਰ ਕਲਿੱਕ ਕਰਕੇ ਅਸੀਂ ਪਹਿਲਾਂ ਇਸ ਦੀ ਸੈਟਿੰਗ ਕਰ ਲੈਣੇ ਹਾਂ ਇਸ ਦੀ ਭਾਸ਼ਾ ਤੁਸੀਂ ਦੇਖ ਲਿਓਗੇ ਜਿਸ ਵਿੱਚ ਸੀ ਟਾਈਪ ਕਰਨਾ ਹੈ ਉਹ ਇੰਗਲਿਸ਼ ਹੈ ਬਾਈ ਡਿਫਾਲਟ ਇਸ ਤੇ ਅਸੀਂ ਕਲਿੱਕ ਕਰਕੇ ਇੱਥੇ ਅਸੀਂ ਪੰਜਾਬੀ ਭਾਸ਼ਾ ਨੂੰ ਸਿਲੈਕਟ ਕਰ ਲਵਾਂਗੇ ਜਾਂ ਜਿਹੜੀ ਭਾਸ਼ਾ 'ਚ ਤੁਸੀਂ ਲਿਖਣਾ ਚਾਹੁੰਦੇ ਹੋ ਉਸ ਭਾਸ਼ਾ ਨੂੰ ਅਸੀਂ ਇੱਥੇ ਸਿਲੈਕਟ ਕਰ ਲੈਂਦੇ ਹਾਂ ਅੰਗਰੇਜ਼ੀ ਤੋਂ ਟਾਈਪ ਕਲਿੱਕ ਕਰਨ ਤੋਂ ਬਾਅਦ ਸਾਰੀਆਂ ਭਾਸ਼ਾਵਾਂ ਦੀ ਸਾਡੇ ਸਾਹਮਣੇ ਲਿਸਟ ਹੈ ਜਿਹੜੀਆਂ ਨੂੰ ਇਹ ਸਪੋਰਟ ਕਰਦੀ ਹੈ ਤਾਂ ਇੱਥੇ ਅਸੀਂ ਪੰਜਾਬੀ ਸਿਲੈਕਟ ਕਰ ਦਿੰਦੇ ਹਾਂ ਪੰਜਾਬੀ ਵਿੱਚ ਸਿਲੈਕਟ ਕਰਨ ਤੋਂ ਬਾਅਦ ਇੱਥੇ ਅਸੀਂ ਜਿਹੜਾ ਮਾਈਕ੍ਰੋਫੋਨ ਵਾਲਾ ਬਟਨ ਹੈ ਇੱਥੇ ਅਸੀਂ ਕਲਿੱਕ ਕਰਕੇ ਇਸ ਵਿੱਚ ਪੰਜਾਬੀ ਵਿੱਚ ਬੋਲ ਕੇ ਟਾਈਪ ਕਰ ਸਕਦੇ ਹਾਂ ਤੇ ਲਿਖ ਸਕਦੇ ਹਾਂ ਆਓ ਇਸ ਵਿੱਚ ਬੋਲ ਕੇ ਟਾਈਪ ਕਰਕੇ ਦੇਖਦੇ ਹਾਂ ਉਹ ਇਨਸਾਨ ਕਿੰਨਾ ਭਾਗਾ ਵਾਲਾ ਹੈ ਜਿਸ ਦਾ ਦਿਲ ਅਮੀਰ ਹੈ ਉਹ ਭਾਵੇਂ ਆਮ ਇਨਸਾਨ ਹੀ ਕਿਉਂ ਨਾ ਹੋਵੇ ਸੋ ਉੱਪਰ ਪੰਜਾਬੀ ਦੇ ਵਿੱਚ ਟਾਈਪਿੰਗ ਹੋਈ ਹੈ ਤੇ ਨਾਲ ਦੀ ਨਾਲ ਇਸ ਐਪ ਨੇ نیچے ਸਾਨੂੰ ਅੰਗਰੇਜ਼ੀ ਦੇ ਵਿੱਚ ਇਸ ਪੰਜਾਬੀ ਦਾ ਤਰਜਮਾ ਕਰਕੇ ਵੀ ਦੱਸ ਦਿੱਤਾ ਹੈ ਅਗਰ ਅਸੀਂ ਅੰਗਰੇਜ਼ੀ ਨੂੰ ਕਾਪੀ ਪੇਸਟ ਕਰਨਾ ਚਾਹੁੰਦੇ ਆ ਅੰਗਰੇਜ਼ੀ ਨੂੰ ਵਰਤ ਸਕਦੇ ਆ ਅਗਰ ਪੰਜਾਬੀ ਨੂੰ ਕਰਨਾ ਚਾਹੁੰਦੇ ਹਾਂ ਤਾਂ ਇਸ ਵਿੱਚੋਂ ਪੰਜਾਬੀ ਵਾਲੀ ਸਤਰਾਂ ਨੂੰ ਕਿਤੇ ਵੀ ਅਸੀਂ ਵਰਤ ਸਕਦੇ ਹਾਂ ਸੋ ਇਸ ਦਾ ਸਾਨੂੰ ਦੂਰਾ ਲਾਭ ਹੈ ਪੰਜਾਬੀ ਤੋਂ ਇਲਾਵਾ ਹੋਰ ਭਾਸ਼ਾ ਦੇ ਵਿੱਚ ਵੀ ਅਸੀਂ ਇਸ ਨੂੰ ਕਨਵਰਟ ਕਰ ਸਕਦੇ ਹਾਂ ਆਓ ਕੁਝ ਹੋਰ ਲਿਖ ਕੇ ਦੇਖਦੇ ਹਾਂ ਡਾਕਟਰ ਕਲਾਮ ਭਾਰਤ ਦੇ 11ਵੇਂ ਰਾਸ਼ਟਰਪਤੀ ਸਨ ਉਹਨਾਂ ਦਾ ਜਨਮ 15 ਅਕਤੂਬਰ 1931 ਵਿੱਚ ਹੋਇਆ ਸੀ ਸੋ ਇਹਨਾਂ 17 ਨੂੰ ਵੀ ਅਸੀਂ ਨੇ ਟਰਾਂਸਲੇਟ ਕਰ ਦਿੱਤਾ ਅੰਗਰੇਜ਼ੀ ਦੇ ਵਿੱਚ ਤੇ ਉੱਪਰ ਅਸੀਂ ਪੰਜਾਬੀ ਦੇ ਵਿੱਚ ਵੀ ਲਿਖਿਆ ਹੈ ਸੋ ਇਹਨਾਂ ਦੋਨਾਂ ਦੇ ਵਿੱਚੋਂ ਜੋ ਚੀਜ਼ ਅਸੀਂ ਅੰਗਰੇਜ਼ੀ ਜਾਂ ਪੰਜਾਬੀ ਨੂੰ ਵਰਤਣਾ ਚਾਹੁੰਦੇ ਹਾਂ ਪੰਜਾਬੀ ਤੋਂ ਇਲਾਵਾ ਅਸੀਂ ਉੱਪਰ ਵਾਲੀ ਭਾਸ਼ਾ ਚੇਂਜ ਕਰਕੇ ਹਿੰਦੀ ਜਾਂ ਹੋਰ ਕਿਸੇ ਭਾਸ਼ਾ ਦੇ ਵਿੱਚ ਵੀ ਬੋਲ ਕੇ ਟਾਈਪ ਕਰ ਸਕਦੇ ਹਾਂ ਸੋ ਇਹ ਸੀ ਜੀ ਵੀਡੀਓ ਅਸੀਂ ਮੋਬਾਈਲ ਤੇ ਬੋਲ ਕੇ ਕਿਸ ਤਰ੍ਹਾਂ ਟਾਈਪ ਕਰ ਸਕਦੇ ਹਾਂ ਅਗਰ ਤੁਹਾਨੂੰ ਇਹ ਵੀਡੀਓ ਪਸੰਦ ਆਈ ਹੋਵੇ ਤਾਂ ਇਸ ਨੂੰ ਲਾਈਕ ਤੇ ਸ਼ੇਅਰ ਜਰੂਰ ਕਰ ਦੇਣਾ ਪੰਜਾਬੀ ਵਾਈਟ ਬੋਰਡ ਚੈਨਲ ਨੂੰ ਸਬਸਕ੍ਰਾਈਬ ਵੀ ਕਰ ਲੈਣਾ ਜੀ ਇਸ ਵੀਡੀਓ ਦੇ ਡਿਸਕ੍ਰਿਪਸ਼ਨ ਬਾਕਸ ਵਿੱਚ ਅਸੀਂ ਬੋਲ ਕੇ ਲੈਪਟਾਪ ਜਾਂ ਕੰਪਿਊਟਰ ਤੇ ਪੰਜਾਬੀ ਕਿਵੇਂ ਟਾਈਪ ਕਰ ਸਕਦੇ ਹਾਂ ਉਸ ਦੇ ਲਿੰਕ ਤੁਹਾਨੂੰ ਮਿਲ ਜਾਣਗੇ ਇਸ ਤੋਂ ਇਲਾਵਾ ਹੱਥ ਲਿਖਤਾਂ ਦੀ ਜਾਂ ਫੋਟੋ ਦੇ ਵਿੱਚੋਂ ਟੈਕਸਟ ਨੂੰ ਅਸੀਂ ਅਲੱਗ ਕਰਕੇ ਟਾਈਪਿੰਗ ਰੂਪ ਕਿਵੇਂ ਦੇ ਸਕਦੇ ਹਾਂ ਉਸ ਦੇ ਵੀਡੀਓ ਲਿੰਕ ਵੀ ਤੁਹਾਨੂੰ ਮਿਲ ਜਾਣਗੇ ਵੀਡੀਓ ਦੇਖਣ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ ਜੀ We work very hard to make videos please like and share also subscribe our channel punjabi whiteboard